ਸਤਿ ਸ਼੍ਰੀ ਅਕਾਲ ਜੀ, ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ। ਅੱਜ ਇੱਕ ਆਇਆ ਯੂਥ ਮੋਬਿਲਿਟੀ ਦਾ ਵੀਜ਼ਾ, ਅਲਕਾ ਜੀ ਦਾ ਮੁਬਾਰਕ ਹੈ ਅਲਕਾ ਜੀ। ਅਲਕਾ ਜੀ ਆਫਿਸ ਆਏ ਹੋਏ ਆ ਅੱਜ ਸਾਡੇ, ਅਤੇ ਉਹਨਾਂ ਦੀ ਮੰਮੀ ਵੀ ਨਾਲ ਨੇ ਸਾਡੇ ਨਾਲ, ਅਤੇ ਆਪਾਂ ਗੱਲ ਕਰਾਂਗੇ ਕਿਹੋ ਜਿਹਾ ਐਕਸਪੀਰੀਅੰਸ ਰਿਹਾ, ਤੁਸੀਂ ਦੱਸੋਗੇ ਕੁਛ ਥੋੜ੍ਹਾ ਜਿਹਾ? ਹਾਂਜੀ ਵੀਰ ਜੀ, ਬਹੁਤ ਵਧੀਆ ਐਕਸਪੀਰੀਅੰਸ ਰਿਹਾ, ਫਸਟ ਟਾਈਮ ਵਿਜ਼ਿਟ ਕਰਿਆ ਅਤੇ ਅੱਛਾ ਰਿਹਾ ਐਕਸਪੀਰੀਅੰਸ। ਠੀਕ ਹੈ, ਤੁਸੀਂ ਕੋਈ ਐਡਵਾਂਸ ਪੈਸੇ ਦਿੱਤੇ ਹੋਣ ਵੀ ਕੋਈ ਵੀਜ਼ੇ ਲਾਣ ਲਈ? ਕੁਝ ਪਹਿਲਾਂ ਤੁਹਾਡੇ ਤੋਂ ਕੋਈ ਡਿਮਾਂਡ ਕੀਤੀ ਹੋਈ, ਪੈਸੇ ਇੰਨੇ ਲੱਗਣਗੇ ਜਾਂ ਲੱਖਾਂ ਰੁਪਏ ਲੱਗਣਗੇ? ਕਿੰਨੇ ਪੈਸੇ ਦਿੱਤੇ ਪਹਿਲਾਂ ਐਡਵਾਂਸ? ਨਹੀਂ ਵੀਰ ਜੀ, ਕੋਈ ਪੈਸਾ ਨਹੀਂ ਦਿੱਤਾ ਪਹਿਲੇ, ਇਹ ਵੀਜ਼ਾ ਆਉਣ ਤੋਂ ਬਾਅਦ ਹੀ, ਜੋ ਪੇਮੈਂਟ ਹੋਣੀ ਆ ਉਹ ਵੀਜ਼ਾ ਆਉਣ ਤੋਂ ਬਾਅਦ ਹੀ ਹੋਣੀ ਸੀ। ਠੀਕ ਹੈ, ਤੇ ਤੁਹਾਨੂੰ ਪਤਾ ਕਿਵੇਂ ਲੱਗਿਆ ਮੇਰੇ ਬਾਰੇ ਕਿ ਯੂਥ ਮੋਬਿਲਿਟੀ ਦਾ ਵੀਜ਼ਾ ਇੱਥੋਂ ਹੀ ਲਗਵਾਉਣਾ ਚਾਹੀਦਾ? ਇਹ ਯੂਟਿਊਬ 'ਤੇ ਤੁਹਾਡੀ ਵੀਡੀਓ ਦੇਖੀ ਸੀਗੀ ਮੈਂ, ਦੈਨ ਉੱਥੋਂ ਪਤਾ ਲੱਗਿਆ ਸੀਗਾ ਮੈਨੂੰ ਕਿ ਹਾਂ ਤੁਸੀਂ ਵੀਜ਼ਾ ਲਗਾਉਂਦੇ ਹੋ, ਲੋਕਾਂ ਨੂੰ ਬਾਹਰ ਭੇਜਦੇ ਹੋ। ਕਿੰਨਾ ਕਿੰਨੇ ਟਾਈਮ 'ਚ ਵੀਜ਼ਾ ਆ ਗਿਆ ਜਦੋਂ ਤੁਸੀਂ ਫਾਈਲ ਲਗਾਈ ਸੀਗੀ, ਡਿਪੋਜ਼ਿਟ ਕੀਤੀ ਸੀਗੀ, ਜਦੋਂ ਤੁਸੀਂ ਬਾਇਓਮੈਟ੍ਰਿਕ ਕਰਵਾਉਣ ਗਏ ਸੀਗੇ ਆਪਣੇ ਵੀਐਫਐਸ ਚੰਡੀਗੜ੍ਹ? ਹਾਂਜੀ, 7 ਦਿਨ 'ਚ। 7 ਦਿਨ ਦੇ ਅੰਦਰ ਅੰਦਰ ਵੀਜ਼ਾ। ਠੀਕ ਹੈ, ਤੇ ਡਾਕੂਮੈਂਟਸ ਵਗੈਰੇ ਮੈਂ ਕੋਈ ਓਰੀਜਨਲ ਲਿੱਤਾ ਸੀਗਾ? ਨਹੀਂ ਵੀ ਮੈਂ ਕੋਈ ਤੁਹਾਡੇ ਓਰੀਜਨਲ ਡਾਕੂਮੈਂਟਸ ਮੈਨੂੰ ਦੇ ਕੇ ਜਾਓ, ਮੈਂ ਐਸ ਐਸ ਸਿਕਿਉਰਿਟੀ ਚੈੱਕਸ ਵਗੈਰਾ ਜਾਂ ਕੁਝ ਇਹੋ ਜਿਹਾ ਮੈਂ ਤੁਹਾਡੇ ਤੋਂ ਲਿੱਤਾ? ਨਹੀਂ ਵੀਰ ਜੀ, ਕੁਝ ਨਹੀਂ ਦਿੱਤਾ। ਤੁਸੀਂ ਕੀ ਕਹਿਣਾ ਚਾਹੋਗੇ ਆਂਟੀ ਜੀ? ਮੈਂ ਇਹ ਕਹਿਣਾ ਚਾਹੂੰਗੀ ਕਿ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ, ਜੋ ਵੀ ਕਰ ਰਹੇ ਹੋ। ਠੀਕ ਹੈ ਜੀ, ਪਰ ਤੁਸੀਂ ਕੋਈ ਸਾਡੇ ਤੋਂ ਇੱਕ ਰੁਪਈਆ ਨਹੀਂ ਲਿੱਤਾ, ਤੁਸੀਂ ਜੋ ਵੀ ਕਰਿਆ ਬੜੀ ਇਮਾਨਦਾਰੀ ਨਾਲ ਕਰਿਆ। ਠੀਕ ਹੈ, ਪਰਮਾਤਮਾ ਕਰੇ ਤੁਸੀਂ ਸਭ ਦੇ ਬੱਚਿਆਂ ਨੂੰ ਇੱਦਾਂ ਹੀ ਅੱਗੇ ਲੈ ਕੇ ਜਾਓ, ਸਭ ਦੇ ਬੱਚਿਆਂ ਨੂੰ ਇੱਦਾਂ ਹੀ ਤਰੱਕੀਆਂ ਦਿਓ, ਤੁਹਾਡੀ ਕੰਮ ਬਹੁਤ ਚੰਗਾ ਚੱਲੇ, ਮੇਰੀ ਬੇਟੀ ਦੀ ਤੁਸੀਂ ਜ਼ਿੰਦਗੀ ਸਵਾਰ ਦੇ। ਠੀਕ ਹੈ, ਥੈਂਕ ਯੂ ਜੀ, ਥੈਂਕ ਯੂ ਜੀ। ਅਗਰ ਤੁਸੀਂ ਵੀ ਆਪਣਾ ਕੋਈ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ, ਟੂਰਿਸਟ ਵੀਜ਼ਾ, ਸਟੂਡੈਂਟ ਵੀਜ਼ਾ ਜਾਂ ਯੂਥ ਮੋਬਿਲਿਟੀ ਦੇ ਰਿਗਾਰਡਿੰਗ ਕੋਈ ਵੀਜ਼ਾ ਜਾਂ ਕੋਈ ਹੋਰ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ, ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਅੱਗੇ ਸ਼ੇਅਰ ਕਰਨਾ ਨਾ ਭੁੱਲੋ। ਧੰਨਵਾਦ ਜੀ।